छापे वाला नहीं चलेगी, नहीं चलेगी गुंडागर्दी, नहीं चलेगी, नहीं चलेगी। ਜਿਹੜਾ ਤੁਸੀਂ ਅੱਜ ਕਹਿ ਰਹੇ ਹੋ ਕਿ ਮੇਰੇ ਤੇ ਹਮਲਾ ਕੀਤਾ ਗਿਆ ਟ੍ਰੈਫਿਕ ਪੁਲਿਸ, ਹਾਂਜੀ ਇਹ ਹੋਇਆ ਬਾਬੂ ਸਿੰਘ ਕਲੋਨੀ 4 ਨੰਬਰ ਗਲੀ, ਉੱਥੇ ਵਿਆਹ ਹੋਇਆ ਸੀ। ਬਕਾਇਦਾ ਮੈਂ ਉੱਥੇ ਵਧਾਈ ਲੈਣ ਗਈ ਸੀ ਅਤੇ ਜਦੋਂ ਵਧਾਈ ਵਾਲੇ ਦੇ ਘਰ ਮੈਂ ਵਧਾਈ ਲੈ ਰਹੀ ਸੀ ਤਾਂ ਬਕਾਇਦਾ ਉੱਥੇ ਸਿਮਰਨ ਦੇ 2 ਮੁੰਡਿਆਂ ਨੇ ਜੋ ਮਤਲਬ ਇਨਕੁਆਇਰੀ ਦੇਖ ਰਹੇ ਸੀ ਉਹ ਕਹਿੰਦੇ ਤਾਂ ਸਿਮਰਨ ਆਉਂਦੀ ਉਹਨੇ ਰੌਲਾ ਪਾ ਲਿਆ। ਅਸੀਂ ਵਧਾਈ ਵਾਲੇ ਨੂੰ ਕਿਹਾ ਜੀ ਉਹ ਵੀ ਹੀ ਜਿਹੜਾ ਅਤੇ ਅਸੀਂ ਵੀ ਹੀ ਜਿਹੜੇ ਹੈ ਅਤੇ ਉਹਨਾਂ ਨੇ ਕੀ ਕਰਿਆ ਸਿਮਰਨ ਮਹੰਤ ਨੂੰ ਫੋਨ ਲਾਇਆ। ਸਿਮਰਨ ਮਹੰਤ ਨੇ ਉੱਥੇ ਮੁੰਡੇ ਭੇਜਤੇ ਜੋ ਕਿ ਕਹਿੰਦੇ ਆ ਇੱਕ ਟੈਂਪੂ ਭਰ ਕੇ ਮੁੰਡਾ ਅਤੇ ਇੱਕ ਇਨੋਵਾ ਗੱਡੀ ਲਾਲ ਰੰਗ ਦੀ, ਉਹਦੇ ਵਿੱਚ ਵੀ ਮੁੰਡੇ ਸਨ ਜਿਨ੍ਹਾਂ ਨੇ ਕੀ ਕਹਿੰਦੇ ਤਲਵਾਰਾਂ ਬੈਸ ਬੱਲੇ ਵਗੈਰਾ ਲੈ ਰੱਖੇ ਸੀ। ਉਹਨਾਂ ਨੇ ਸਾਡੇ ਉਸ ਗਲੀ ਤੋਂ ਹਮਲਾ ਕੀਤਾ। ਅਸੀਂ ਬਚਦੇ ਬਚਦੇ ਪਹਿਲਾਂ ਟਿਵਾਣਾ ਚੌਂਕ 'ਤੇ ਪਹੁੰਚੇ। ਟਿਵਾਣਾ ਚੌਂਕ ਦੇ ਵਿੱਚ ਸਾਨੂੰ ਟ੍ਰੈਫਿਕ ਪੁਲਿਸ ਵਾਲਿਆਂ ਨੇ ਅਤੇ ਕੁਛ ਪੁਲਿਸ ਅਧਿਕਾਰੀਆਂ ਨੇ ਸਾਡੀ ਹੈਲਪ ਕੀਤੀ। ਉਹ ਕਹਿੰਦੇ ਤੁਸੀਂ ਥਾਣੇ ਚਲੇ ਜਾਓ। ਜੋ ਅਸੀਂ ਥਾਣੇ ਜਾਣ ਲੱਗੇ ਤਾਂ ਉਹਨਾਂ ਨੇ ਸਾਨੂੰ ਥਾਪੜ ਕੋਲ ਚੌਂਕ 'ਚ ਘੇਰ ਲਿਆ। ਪਿੱਛੇ ਸਾਡੇ ਬਕਾਇਦਾ ਪੁਲਿਸ ਵਾਲੇ ਦੀ ਗੱਡੀ ਲੱਗੀ ਹੋਈ ਸੀ, ਜਦ ਕਿ ਕਹਿੰਦੇ ਉੱਥੇ ਆਪਣਾ ਥਾਪੜ ਕੋਲ ਚੌਂਕ ਦੇ ਵਿੱਚ ਪੁਲਿਸ ਵਾਲਿਆਂ ਨੇ ਖੁਦ ਹੀ ਉਸ ਉਹਨਾਂ ਨੂੰ ਟੈਂਪੂ ਵਾਲੇ ਮੁੰਡਿਆਂ ਨੂੰ ਅਤੇ ਕੀ ਕਹਿੰਦੇ ਆ ਉਹਨੇ ਲਾਲ ਗੱਡੀ ਨੋਵਾ ਵਿੱਚ ਜਿੰਨੇ ਵੀ ਮੁੰਡੇ ਸੀਗੇ ਜਿਹੜੇ ਗੁੰਡੇ ਬਦਮਾਸ਼ ਜੋ ਵੀ ਸਾਡੇ 'ਤੇ ਮਤਲਬ ਸਾਡੇ ਹਮਲਾ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਫੜਿਆ। ਫਿਰ ਪੁਲਿਸ ਵਾਲਿਆਂ ਨੇ ਸਾਨੂੰ ਮਤਲਬ ਕਹਿ ਦਿੱਤਾ ਤੁਸੀਂ ਜਾਓ, ਅਸੀਂ ਇਹਨਾਂ ਨੂੰ ਥਾਣੇ ਲੈ ਕੇ ਚੱਲੇ ਹਾਂ। ਅਤੇ ਹੁਣ ਇਹ ਨਹੀਂ ਪਤਾ ਪੁਲਿਸ ਵਾਲਿਆਂ ਨੂੰ ਥਾਣੇ ਲੈ ਗਏ ਕਿ ਨਹੀਂ, ਪਰ ਕੀ ਕਹਿੰਦੇ ਆ ਹੁਣ ਫਿਰ ਉਸ ਤੋਂ ਬਾਅਦ ਕੀ ਕਹਿੰਦੇ ਜਦੋਂ ਅਸੀਂ ਆਪਣਾ ਅੱਗੇ ਚਲੇ ਗਏ ਵਧਾਈ 'ਤੇ ਤਾਂ ਫਿਰ ਸਿਮਰਨ ਮਹੰਤ ਨੇ ਸਾਨੂੰ ਫੋਨ ਕਰਕੇ ਬੁਲਾਇਆ ਵੀ ਹਾਂ ਇੱਥੇ ਆ ਜਾਓ ਵਧਾਈ 'ਤੇ, ਮੈਂ ਤੁਹਾਡੇ 100-100 ਹੀਲੇ ਕਰਾਂਗੀ, ਤੁਹਾਡੇ ਨਾਲ ਲੜਾਈ ਕਰੂੰਗੀ, ਇਹ ਕਰੂੰਗੀ। ਕੱਲ੍ਹ ਦੇ ਦਿਨ ਉਹ ਆਪਣੇ ਡੇਰੇ ਦੇ ਵਿੱਚ ਸਾਨੂੰ ਰੱਖਿਆ ਹੋਇਆ ਸੀ, ਸਾਨੂੰ ਚੇਲਾ ਕਰ ਰੱਖਿਆ ਸੀਗਾ। ਕੱਲ੍ਹ ਉਹ ਸਾਡੇ ਨਾਲ ਮਤਲਬ ਰਾਜੀ ਮੰਦੇ ਨਾਲ ਮੰਗਦੀ ਖਾਂਦੀ ਸੀਗੀ, ਜੋ ਸਾਡਾ ਹਿੱਸਾ ਪਾਣੀ ਬਣਦਾ ਸਾਨੂੰ ਦਿੰਦੀ ਸੀ। ਅੱਜ ਦੇ ਦਿਨ ਗੀਤਾ ਮਹੰਤ ਜੋ ਕਿ ਏਰੀਏ ਦੀ ਵੀ ਮਾਲਕ ਹੈ, ਡੇਰੇ ਦੀ ਵੀ ਮਾਲਕ ਹੈ, ਉਸਦੀ ਡੈਥ ਹੋ ਚੁੱਕੀ ਹੈ ਅਤੇ ਅਸੀਂ ਉਸਦੇ ਚੇਲੇ ਹਾਂ। ਅਤੇ ਅੱਜ ਦੇ ਦਿਨ ਉਹ ਸਾਨੂੰ ਪਟਿਆਲੇ ਦੇ ਵਿੱਚ ਮੰਗਣ ਨਹੀਂ ਦਿੰਦੀ, ਅਤੇ ਜੇ ਅਸੀਂ ਮੰਗਣ ਜਾਂਦੇ ਹਾਂ ਤਾਂ ਸਾਡੇ ਦੇ ਵਿੱਚ ਬਦਮਾਸ਼ ਲਵਾਉਂਦੀ ਹੈ, ਗੁੰਡੇ ਲਵਾਉਂਦੀ ਹੈ ਅਤੇ ਸਾਨੂੰ ਧਮਕੀਆਂ ਦਵਾਉਂਦੀ ਹੈ। ਜਿਹੜੇ ਬਦਮਾਸ਼ ਜਾਂ ਗੁੰਡਿਆਂ ਵਾਲੀ ਗੱਲ ਹੈ, ਇਹਦੇ 'ਚ ਤੁਹਾਡੇ ਕੋਲ ਕੋਈ ਵੀਡੀਓ ਜਾਂ ਕੋਈ ਹੋਰ ਕਾਗਜ਼ੀ ਕਾਰਵਾਈ ਤੁਹਾਡੇ ਕੋਲ ਹੈ ਕੋਈ ਸਬੂਤ? ਵੀਡੀਓ ਵੀ ਹੈ ਅਤੇ ਕਾਗਜ਼ੀ ਕਾਰਵਾਈ ਇੱਦਾਂ ਵੀ ਮੈਨੇ ਕੰਪਲੇਂਟਾਂ ਦਿੱਤੀਆਂ ਹੋਈਆਂ, ਮੈਂ DGP ਸਰ ਕੋਲ ਵੀ ਦਿੱਤੀ ਹੈ 9 ਸੈਕਟਰ ਚੰਡੀਗੜ੍ਹ 'ਚ 181 ਨੰਬਰ 'ਤੇ ਅੱਜ ਹੀ ਕੰਪਲੇਂਟ ਕਰਵਾਈ ਹੈ ਮੈਨੇ ਅਤੇ ਥਾਣੇ ਵਿੱਚ ਵੀ ਕਰਵਾਈ ਹੈ। ਅੱਜ ਕੀ ਹੋਇਆ? ਅੱਜ ਹੀ ਬਾਬੂ ਸਿੰਘ ਕਲੋਨੀ ਵਿੱਚ 4 ਨੰਬਰ ਗਲੀ ਦੇ ਵਿੱਚ ਮੈਂ ਵਧਾਈ ਲੈ ਰਹੀ ਸੀ, ਉੱਥੇ ਗੁੰਡਿਆਂ ਨੇ ਸਾਡੇ 'ਤੇ ਹਮਲਾ ਕੀਤਾ। ਉੱਥੋਂ ਬਕਾਇਦਾ ਮੈਂ ਵਧਾਈ ਲੈ ਕੇ ਨਿਕਲ ਚੁੱਕੀ, ਪਿੱਛੇ ਰਸਤੇ ਵਿੱਚ ਮੁੰਡਿਆਂ ਨੇ ਸਾਡੇ 'ਤੇ ਗੱਡੀ ਲਾ ਲਈ, ਫਿਰ ਰਸਤੇ ਵਿੱਚ ਸਾਨੂੰ ਪੁਲਿਸ ਅਧਿਕਾਰੀਆਂ ਦੀ ਹੈਲਪ ਨਾਲ ਸਾਡੇ ਮਤਲਬ ਸਾਡਾ ਬਚਾਓ ਹੋਇਆ। ਕਿਹੜੇ ਥਾਣੇ ਦੇ ਪੁਲਿਸ ਅਧਿਕਾਰੀ ਸੀ? ਉਹ ਟ੍ਰੈਫਿਕ ਪੁਲਿਸ, ਜਿਵੇਂ ਰਸਤੇ ਦੇ ਵਿੱਚੋਂ ਕੋਈ ਅਫਸਰ ਲੰਘ ਰਹੇ ਸੀ ਟਿਵਾਣਾ ਚੌਂਕ ਤੋਂ, ਉੱਥੋਂ ਕਈ ਪੁਲਿਸ ਵਾਲੇ ਖੜ੍ਹੇ ਸੀ, ਅਸੀਂ ਉਹਨਾਂ ਦੀ ਹੈਲਪ ਲਿੱਤੀ। ਜਿਹੜੇ ਹਮਲਾ ਕਰਨ ਆਏ ਸੀ ਉਹ ਬੰਦੇ ਫੜੇ ਗਏ? ਉਹਨਾਂ ਵਿੱਚੋਂ 2-3 ਮੁੰਡਿਆਂ ਦੀ ਤਾਂ ਪਛਾਣ ਹੈ, ਉਹ 2-3 ਮੁੰਡੇ, ਇੱਕ ਤਾਂ ਧੱਕਾ ਕਲੋਨੀ ਦਾ ਮੁੰਡਾ ਹੈ ਮੱਖਣ, ਇੱਕ ਹੈਗਾ ਸਨੀ ਮੁੰਡਾ, 2-3 ਹੋਰ ਨੇ, ਉਹਨਾਂ ਦੇ ਨਾਮ ਮੈਨੂੰ ਪਤਾ ਨਹੀਂ। ਵੈਸੇ 10-15 ਮੁੰਡੇ ਨੇ। ਉਸਨੇ ਕੋਈ ਨਹੀਂ ਫੜਿਆ? ਪੁਲਿਸ ਵਾਲਿਆਂ ਨੇ ਰੋਕਿਆ ਉਹਨਾਂ ਨੂੰ ਥਾਪੜ ਕੋਲ ਚੌਂਕ 'ਚ, ਪਰ ਉਹਨਾਂ ਨੇ ਸਾਨੂੰ ਭੇਜਤਾ, ਕਹਿੰਦੇ ਤੁਸੀਂ ਜਾਓ ਮਹੰਤ ਜੀ, ਅਸੀਂ ਇਹ ਮੁੰਡਿਆਂ ਨੂੰ ਥਾਣੇ ਵਿੱਚ ਲੈ ਕੇ ਜਾਂਦੇ ਹਾਂ। ਪਰ ਪਤਾ ਨਹੀਂ ਉਹ ਥਾਣੇ ਵਿੱਚ ਉਹਨਾਂ ਨੂੰ ਲੈ ਕੇ ਗਏ ਕਿ ਨਹੀਂ। ਅੱਗੇ ਉਸ ਤੋਂ ਬਾਅਦ ਹੀ 2 ਘੰਟੇ ਬਾਅਦ ਹੀ ਮੈਨੂੰ ਸਿਮਰਨ ਮਹੰਤ ਦਾ ਫੋਨ ਆਉਂਦਾ ਹੈ
कि तुम मैं त्रिपड़ी में वधाई लैनी है तुम इतने वधाई लैना हो थोड़ी लत्त बहां मैं तड़वानी है थोड़ा दस दें कि वधाई लिखी जाए कंप्लेट। हाँ जी मैं 181 नंबर से कंप्लेट की है तो एस एस पी सर को भी की अपना मिनी सैक्रट से अपना एस डी एम सर को भी की है जी सिमरन मान तो थोड़ा धमकिया दे रही कोई रिकॉर्डिंग है फोन की। हाँ जी है भेज दो सू। हाँ जी अज नाम की जी तो हाँ जी मेरा नाम सिमी महंत है चेला गुड्डी महंत मैं नाभे तो गल कर रही हूँ। अज इस कॉन्फ्रेंस का मकसद है असि दुखी परेशान है बहुत तंग परेशान है कितने सानू कि भी कोई साथ नहीं मिल रहा तो कोर्ट कचहरिया वालों साढ़े के केस चलते सके मंगण खाने लाके लैके नाभे दे विच ते काफ़ी टाइम झगड़ा चलता रहा कुटमार भी मेरे नाल बहुत वारी हुई है तो जज साहब ने मेरे हक च फेवर हक च किए ने फैसला भी अपना जो किन्नर लोग होंगे जिते मर्जी मंग के गुजारा कर सकते हैं तो जोड़े अपने एंटी पार्टी आ पोलिटिकल अपना किसी तो फोन करवा के एम एल ए तो फोन करवा के एस एच ओ धमकिया दे रहे सानू तो थोड़े परजा पावे तुम एवें तुम एवें बहुत ज़्यादा धक्का हो रहा साढ़े नाल। विरोधी पार्टी कि रेशमा जी रेशमा नाभे तो चन्नी काजल वगैरह ये मेरे तंग परेशान करते ने वह भी महंत ने जी ओपरेट करा के बने हुए ने महंत जी। अच्छा ओरिजिनल महंत ने नहीं ते एसएचओ दा की नाम है ते वो किस तरह परेशान करदा ओ जी धमकियां दिंदा मेरे नाम उहदा की नाम है अपना उहदा नाम हैगा गुरप्रताप सिंह गुरप्रताप। हाँ जी की धमकियां दिंदा धमकियां दिंदा कहिंदा तू हट जा इत्थे मंगण खान तो हट जा तेरा कोई इलाका नहीं बनदा हालांकि सानू कोर्ट ने दिता हुआ ऑर्डर मेरे हक च ऑर्डर ने भी जिथे मर्जी अपना नाभे च मंग के गुजारा कर सकते हो वो कहिंदा जे तू नहीं हटेंगी तेरे परचा पा देंगे तेरे ये कर देंगे तेरे वो कर देंगे मैं बहुत तंग परेशान हो के ता मैं आई अज प्रेस थाने तैनात है जिस गल कर रहे अपने कतवाली की गल कर दी नाभा कतवाली की। अच्छा तो कोर्ट के ऑर्डर के मुताबिक तुम किन्ने लोग हो तुम्हारी टोली के किन्ने लोग हैं मैं जी बाकी दो चार महंत मेरे नाल जाते हैं एक दो ढोलक वाला अपना गुजारा करता जो अपने गड्डी ड्राइवर होंगे ने दो चार चार पाँच जने असं होंगे वो कहते तू गुंडे चक्की फिर बदमाश चक्की फिर एवं चक्की फिर मैंने बहुत ज़्यादा एस एच ओ ने एक ड्राबा दिता है बहुत मैं डरी पी हूँ इस टाइम नहीं इस खिलाफ तुम कदम उच्च अधिकारियों जिम्मे एस एस पी साहब या एस एस पी साहब को भी तनखा दी हुई जी हुई है आई जी साहब को भी तनखा दी हुई है वह दरखास्त मार्ग हो के नीचे फिर अपने नाभे चली जाएँ ने हूँ असी दरखास्त उपर दी हुई है भी साड़ी उपर उच्च अधिकारी तो कार्रवाई अपनी होनी चाहिए साड़ी तो असी बहुत तंग परेशान ना कोई साढ़े कोम कोई जॉब कोई नौकरी कुछ नहीं है साढ़े को साधन कोई सरकार सानू नौकरी चाकरी दे सू की लोड़ मंगण खाने की ये तो साढ़ा काम कार असं हूँ मंगा नहीं तो की करा एक बार जो नाभे के पिछे जे एक काफ़ी देर पहला एक वीडियो बहुत वायरल हुई थी जिस व्यक्ति दसया गया कि नकली किन्नर है और उसके कपड़े भी उतारे गए थे वो भी इस रिलेटेड मसला वो जी अपना कि ट्रांसजेंडर है वो जो हारमोन से कुड़िया वाले से ठीक है ना तो इन्होंने बहुत ज़्यादा कुटमार की बहुत ज़्यादा कुटमार नंगा किया बहुत ही बेइज्जती की है किने की ये दूजी रेशमा हो बाकी एंटी जिन्हें भी अपने ये काजल है चन्नी है होर भी ने दो चार ये बारों बारों आके गुंडा कर दी थे नाभे च करते हैं मेरे कली मसला ही है जी मेरा सिमरन महंत पटियाला जो गगनदीप है समाणे का वो मैं बहुत तंग करते हैं मैं गीता माई का चेलना पटियाले जम्मे पले हथी तो सानू मंगण खाने तो रोक लाई जाती है कभी सानू थाने भी जाके मुंडे दसा जाता है कभी कुछ दसा जाता इन्हें पिछे थोड़ा पता एक फवारा चौंक कांड दे विच सानू मुंडे साबित किया गया लेकिन मैं कितों मुंडा मैं चेक कर जाए मुंडा पुलिस वाले ने मेरे मेडिकल भी कराया बहुत कुछ कराया लेकिन मैं मुंडा नहीं मैं एक हीजड़ा ही हाँ जिस तरह सिमरन है उस तरह ही मैं हाँ ठीक है जी मैं भी मंगण खाने का हक देना चाहिए क्योंकि मैं पटियाले का हीजड़ा हूँ पटियाले का बच्चा कितने जावा सिमरन जब समान तो आके मंग सकते हो पटियाले मैं नहीं मंग सकती ਤੁਸੀਂ ਇਸ ਬਾਰੇ ਕਦੇ ਸਿਮਰਨ ਮਹੰਤ ਨਾਲ ਜਾਂ ਉੱਪਰ ਕਿਸੇ ਅਧਿਕਾਰੀ ਨਾਲ ਗੱਲ ਕੀਤੀ ਬਹੁਤ ਜਗ੍ਹਾ ਕੀਤੀ ਬਹੁਤ ਜਗ੍ਹਾ ਕੰਪਲੇਟਾਂ ਦਿੱਤੀਆਂ ਹਰ ਇੱਕ ਪਾਸੇ ਪੈਸਾ ਚੜਾ ਦਿੰਦੀ ਹੈ ਸਾਡੇ ਖਿਲਾਫ਼ ਸਾਡੀ ਕੋਈ ਸੁਣਵਾਈ ਨਹੀਂ ਕਰਦੀ ਮੁੰਡੇ ਲੈ ਕੇ ਜਾਂਦੇ ਗੁੰਡੇ ਬਦਮਾਸ਼ ਵਧਾਈਆਂ ਦੇ ਅੱਜ ਚਾਰ ਨੰਬਰ ਗਲੀ ਦੇ ਵਿੱਚ ਮੁੰਡੇ ਭੇਜੇ ਮੌਂਸਰ ਭੇਜੇ ਅਸੀਂ ਪੁਲਿਸ ਤੋਂ ਬਚਾ ਕੇ ਪੁਲਿਸ ਵਾਲਿਆਂ ਦੇ ਖੜ ਕੇ ਅਸੀਂ ਬਚ ਕੇ ਨਿਕਲੇ ਨਹੀਂ ਤਾਂ ਸਾਨੂੰ ਮਰਵਾ ਦਿੱਤੀ ਇਸ ਤਰ੍ਹਾਂ ਕਰਦੇ ਟ੍ਰੈਫਿਕ ਪੁਲਿਸ ਨੇ ਸਾਨੂੰ ਬਚਾਇਆ ਸਾਡੇ ਨਾਲ ਗੁੰਡੇ ਬਦਮਾਸ਼ੀ ਕਰਵਾਉਂਦੀ ਹੈ ਫਿਰ ਕਹਿੰਦੀ ਹੈ ਗਲੀ 'ਚ ਆ ਜਾਓ ਤੁਹਾਨੂੰ ਮਰਵਾਉਂਗੀ